ਗੁਰਦੁਆਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ ਚੌਂਕ ਅੱਡਾ ਹੁਸ਼ਿਆਰਪੁਰ ਕੀ ਔਰ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਾ ਸ਼ਹੀਦੀ ਪਰਵ ਬੜੀ ਸ਼ਰਧਾ ਭਾਵ ਸੇ ਮਨਾਇਆ ਗਿਆ। ਇਸ ਮੌਕੇ ਪਰ ਸਰਵਪ੍ਰਥਮ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਕੀ ਭੂਗ ਡਲੇ ਗਈ, ਜਿਸ ਕੇ ਪਸ਼ਚਾਤ ਪੰਥ ਪ੍ਰਸਿੱਧ ਰਾਗੀ ਜਥੇ ਸੰਤ ਮਨਜੀਤ ਸਿੰਘ ਜੀ ਅੰਮ੍ਰਿਤਸਰ ਵਾਲੇ, ਭਾਈ ਅਜਮੇਰ ਸਿੰਘ ਜਲੰਧਰ ਵਾਲੇ, ਭਾਈ ਸੁਰਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ, ਭਾਈ ਪਵਨੀਤ ਸਿੰਘ ਕਥਾਵਾਚਕ ਔਰ ਭਾਈ ਗੁਰਪਾਲ ਸਿੰਘ ਗ੍ਰੰਥੀ ਸਿੰਘ ਨੇ ਗੁਰਬਾਣੀ ਕਾ ਕੀਰਤਨ ਕਰ ਉਪਸਥਿਤ ਸੰਗਤ ਕੋ ਗੁਰੂ ਚਰਨ ਉਸੇ ਜੋੜਾ। ਇਸ ਮੌਕੇ ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਕੇ ਚੇਅਰਮੈਨ ਪਰਮਜੀਤ ਸਿੰਘ ਹੀਰਾ ਭਾਟੀਆ, ਪ੍ਰਧਾਨ ਅੰਮ੍ਰਿਤਪਾਲ ਸਿੰਘ, ਜਨਰਲ ਸਚਿਵ ਮੱਖਣ ਸਿੰਘ, ਬੂਟਾ ਸਿੰਘ ਭਾਟੀਆ, ਦੀਦਾਰ ਸਿੰਘ ਬਿਰਦੀ, ਸਤਵੀਰ ਸਿੰਘ, ਮਨ ਮਹਿੰਦਰ ਸਿੰਘ ਸੰਦਲ, ਜਥੇਦਾਰ ਸਰਦਾਰਾ ਸਿੰਘ ਮੱਕੜ, ਬੀਬੀ ਸੁਰਿੰਦਰ ਕੌਰ, ਬੀਬੀ ਹਰਜਿੰਦਰ ਕੌਰ, ਬੀਬੀ ਪਰਮਿੰਦਰ ਕੌਰ ਮੱਕੜ ਸਹਿਤ ਅਸੰਖਯ ਸੰਗਤ ਵੀ ਮੌਜੂਦ ਰਹੀ। ਅੰਤ ਮੇਂ ਗੁਰੂ ਕਾ ਅਟੁੱਟ ਲੰਗਰ ਵੀ ਵਿਤਰਿਤ ਕੀਆ ਗਿਆ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਸੁਦੇਸ਼ ਭਗਤ ਕੀ ਰਿਪੋਰਟ। Thank you.
ਜਿਹੜੇ ਪਾਣੀ ਸੀ ਕਮਲ ਸਾਹਿਬ ਤੋਂ ਆਏ ਸੀ ਨਾਮ ਦੇ ਪਾਤਸ਼ਾਹ ਦੇ, ਉਹਨਾਂ ਨੇ ਆਪਣੇ ਕੰਧਾਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਚੁੱਕਿਆ, ਰਾਵੀ ਦਰਿਆ ਦੇ ਕਿਨਾਰੇ ਤੇ ਉਹ ਸ਼ਹਿਰ ਜੀ ਨੂੰ ਲਿਆ ਤੇ ਇੱਥੇ ਆ ਕੇ ਫਿਰ ਮੇਰੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਇਹ ਗੁਰੂ ਕੇ ਸਿੱਖੋ ਅਸੀਂ ਜਾ ਰਹੇ ਹਾਂ ਪਰਮੇਸ਼ਰ ਦੇ ਘਰ ਨੂੰ ਸਾਡੀ ਦਾਦਾ ਬੋਲ ਰਹੇ ਹਾਂ ਤੇ ਆਪ ਜੀ ਨੇ ਅੰਮ੍ਰਿਤਸਰ ਜਾ ਕੇ ਧੰਨ ਬਾਬਾ ਬੁੱਢਾ ਜੀ ਸਾਹਿਬ ਮਹਾਰਾਜ ਜੀ ਨੂੰ ਕੀ ਬੇਨਤੀ ਕਰਨੀ ਹੈ, ਬਾਬਾ ਬੁੱਢਾ ਹੁਣ ਛੇਵੇਂ ਗੁਰੂ ਨਾਨਕ ਦੇ ਪ੍ਰਗਟ ਹੋਣ ਦਾ ਵੇਲਾ ਆ ਗਿਆ, ਗੁਰੂ ਨਾਨਕ ਦੀ ਛੇਵੀਂ ਜੋਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦਿਲ ਲਗਾ ਕੇ ਤੇ ਜੋਤ ਉਹਨਾਂ ਦੇ ਹਿਰਦੇ ਵਿਰਾਜਮਾਨ ਕਰਨੀ ਹੈ। ਨਾਸ਼ ਕਰਦੇ ਜਿਹੜਾ ਤੇਰੇ ਧਰਮ ਦੇ ਵਿੱਚ ਵਿਘਨ ਪਾਵਣ ਦਾ ਯਤਨ ਕਰੇ, ਤੇਰੇ ਨਾਮ ਸਿਮਰਨ ਕੀਰਤਨ ਦੇ ਵਿੱਚ ਵਿਘਨ ਪਾਵਣ ਦਾ ਯਤਨ ਕਰੇ, ਐਸੇ ਦੁਸ਼ਟਾਂ ਦਾ ਨਾਸ਼ ਵੀ ਕਰਨਾ ਧਰਮ ਹੈ। ਵਿਚਾਰਨ ਕਰੋ ਸ਼੍ਰੀ ਵਾਹਿਗੁਰੂ, ਇਤਨਾ ਬਚਨ ਕੀਤਾ ਮਹਾਰਾਜ ਨੇ, ਸਿੱਖ ਵੀ ਪਹਿਲਾ ਵੀ ਜਾਏ ਵੈਸੇ ਸੁਣ ਤੇ ਦਿਓ ਫਿਰ ਮੇਰੇ ਪਾਤਸ਼ਾਹ ਦੇ ਰਾਵੀ ਦਰਿਆ ਵਿੱਚ ਕਦਮ ਰੱਖੀਏ ਮਨ ਠੰਡਾ ਕਰ ਰਾਮ ਅੱਗੇ ਹੋਏ ਮੇਰੇ ਪਾਤਸ਼ਾਹ ਗੋਡਿਆਂ ਤੀਕਰ ਸ਼ਹਿਰ ਜੀ ਦੇ ਪਾਣੀ ਵੀ ਆਇਆ, ਲੱਕ ਤੀਕਰ ਪਾਣੀ ਆਇਆ, ਮੋਢਿਆਂ ਤੀਕਰ ਪਾਣੀ ਆ ਗਿਆ, ਮਹਾਰਾਜ ਦੇ ਅੱਗੇ ਵਧਦੇ ਗਏ ਤੇ ਜਿਉਂ ਕ੍ਰਿਸ਼ਨ ਜੀ ਨੇ ਇੱਕ ਕਦਮ ਹੋਰ ਰਾਵੀ ਦਰਿਆ ਅੱਗੇ ਵਧਾਇਆ ਨਾ, ਜਿਉਂ ਜਲ ਤੇ ਜਲ ਆਏ ਚਟਾਨਾ, ਤਿਉਂ ਜੋਤੀ ਸ਼ਮ ਜੋਤ ਸ਼ਮਾਨਾ, ਮਿਟ ਗਏ ਗਵਨ ਪਾਏ ਵਿਸ਼ਰਾਮ, ਨਾਨਕ ਪ੍ਰਭ ਕੈ ਸਾਚਾ ਨਿਕਲ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਆਪ ਸੰਗਤ ਨੇ ਅੰਮ੍ਰਿਤ ਵੇਲੇ ਤੋਂ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ। ਸੋ ਹੁਣ ਬੇਨਤੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਹੀਰਾ ਭਾਟੀਆ ਉਹਨਾਂ ਵੱਲੋਂ ਆਪ ਸੰਗਤਾਂ ਦੇ ਸਨਮੁੱਖ ਕੁਝ ਵਿਚਾਰਾਂ ਦੀ ਸਾਂਝ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ। ਤੱਤੀ ਤਵੀ ਉਬਲਦੇ ਪਾਣੀ ਦੀਆਂ ਦੀਗਾਂ ਦੇ ਵਿੱਚ ਤਸੀਏ ਲਈ ਕਿਹਦੇ ਲਈ ਸੋਚਣ ਵਾਲੀ ਗੱਲ ਹੈ, ਕਿਹਦੇ ਲਈ? ਸਾਡੇ ਗੁਰੂ ਸਾਹਿਬਾਨ ਨੇ, ਗੁਰੂਆਂ ਨੇ ਪੰਜਵੀਂ ਪੌੜੀ ਤੋਂ ਸ਼ਹੀਦਾਂ ਦੇ ਸਰਤਾਜ ਤੋਂ ਤੱਕ ਜੇ ਤੁਸੀਂ ਦੇਖੋ ਤੇ ਅਸੀਂ ਬੜੀ ਸ਼ਾਂਤੀ ਨਾਲ ਚੱਲੇ ਤੇ ਛੇਵੇਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਫਿਰ ਜਾ ਕੇ ਸਾਨੂੰ ਮੀਰੀ ਦੇ ਪੀਰੀ ਦੇ ਸਿਧਾਂਤ ਦੇ ਉੱਤੇ ਆਉਣਾ ਪਿਆ।
ਭਾਈ ਸਾਹਿਬ ਬਹੁਤ ਵਧੀਆ ਕੀਰਤਨ ਕਰ ਰਹੇ ਸੀਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ ਚੌਂਕ ਅੱਡਾ ਹੁਸ਼ਿਆਰਪੁਰ ਵਿਖੇ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਬੜੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਵਿੱਚ ਸੰਤ ਮਨਜੀਤ ਸਿੰਘ ਅੰਮ੍ਰਿਤਸਰ ਵਾਲੇ, ਭਾਈ ਅਜਮੇਰ ਸਿੰਘ ਜਲੰਧਰ ਵਾਲੇ, ਭਾਈ ਸੁਰਿੰਦਰ ਸਿੰਘ ਹਜੂਰੀ ਰਾਗੀ ਗੁਰਦੁਆਰਾ ਸਾਹਿਬ, ਭਾਈ ਭਵਨੀਤ ਸਿੰਘ ਹੈੱਡ ਗ੍ਰੰਥੀ, ਭਾਈ ਗੁਰਪਾਲ ਸਿੰਘ, ਬੀਬੀ ਇਸਤਰੀ ਸ਼ਾਸਨ ਅਤੇ ਬੀਬੀ ਭਾਨੀ ਜੀ ਸੇਵਾ ਸੁਸਾਇਟੀ, ਇਹਨਾਂ ਨੇ ਸਾਰਿਆਂ ਨੇ ਕੀਰਤਨ ਅਤੇ ਕਥਾ ਦੁਆਰਾ ਸੰਗਤ ਨੂੰ ਰਸਪਿੰਨ ਨੇ ਕੀਰਤਨ ਕਰਕੇ ਮਨਮੋਹਿਤ ਕੀਤਾ ਔਰ ਗੁਰੂ ਬਾਣੀ ਨਾਲ ਜੋੜਿਆ। ਉਪਰੰਤ ਗੁਰੂ ਕੇ ਟੁੱਟ ਲੰਗਰ ਵਰਤਾਏ ਗਏ ਔਰ ਠੰਡੇ ਮਿੱਠੇ ਛਬੀਲਾ, ਜਲ ਦੇ ਛਬੀਲਾ ਵੀ ਲਗਾਈਆਂ ਗਏ। ਇਹ ਜੋ ਸਾਰਾ ਪ੍ਰੋਗਰਾਮ ਹੈ ਇਹ ਆਪ ਦੇ ਸਹਿਯੋਗ ਨਾਲ ਇਲਾਕਾ ਨਿਵਾਸੀ, ਜਲੰਧਰ ਨਿਵਾਸੀ ਅਤੇ ਪ੍ਰਬੰਧਕ ਕਮੇਟੀ ਜਿੰਨੀਆਂ ਵੀ ਸੰਗਤਾਂ ਹਨ ਇਹ ਤਨ ਮਨ ਧਨ ਨਾਲ ਇੱਥੇ ਸੇਵਾ ਕਰਦੀਆਂ ਹਨ। ਅਸੀਂ ਸਾਰਿਆਂ ਦਾ ਜੀਆਂ ਕਰਨੇ ਹਾਂ ਅਤੇ ਸਤਿਕਾਰ ਕਰਦੇ ਹਾਂ। ਉਹਦੇ ਨਾਲ ਹੀ ਅਸੀਂ ਹਲਚਲ ਵਾਲਿਆਂ ਦਾ ਵੀ ਸਤਿਕਾਰ ਕਰਦੇ ਹਾਂ, ਜੀਆਂ ਕਹਿੰਦੇ ਹਾਂ। ਜਿਹੜਾ ਕਿ ਜਿੰਨੇ ਵੀ ਪ੍ਰੋਗਰਾਮ ਧਾਰਮਿਕ ਇੱਥੇ ਸਾਡੇ ਹੁੰਦੇ ਹਨ ਇਹ ਸਾਰੇ ਹੀ ਰਿਕਾਰਡ ਕਰਕੇ ਪੂਰੀ ਦੁਨੀਆ ਤੱਕ ਪਹੁੰਚਾਉਂਦੇ ਹਨ। ਪ੍ਰਬੰਧਕ ਕਮੇਟੀ ਵੱਲੋਂ ਦੁਬਾਰਾ ਤੋਂ ਇਹਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।